ਅਖਰ ਮਸਤੀਆਂ ਪਿਛਲੇ 7-8 ਮਹੀਨਿਆਂ ਤੋਂ ਲੱਗੀਆਂ ਦੀਆਂ ਨੇ ਕਾਨੂੰਨ ਨਾਈ ਦੀ ਸ਼ਹਿ ਇਸ ਮੁਲਕ ਵਿੱਚ ਕੋਈ ਨਹੀਂ ਵਾਲੀ ਵਾਰ ਇੱਥੇ ਪਿਛਲੇ ਜਾਮ ਦੇ 2 ਸਾਲ ਅਸੀਂ ਗਏ ਹਾਂ ਕੋਈ ਵੀ ਨਹੀਂ ਪੁਲਿਸ ਏ ਉਹ ਇਤਨੀ ਜ਼ਿਆਦਾ ਕਰਪਟ ਹੋ ਗਈ ਇਤਨੀ ਚੋਰ ਹੋ ਗਈ ਏ ਕਿ ਆਪਣਾ ਕੰਮ ਭੁੱਲ ਗਿਆ ਨੇ ਸਿਆਸੀ ਲੋਕਾਂ ਦੇ ਪਿੱਛੇ ਦੁਸ਼ਮਣ ਬਣੇ ਦੇ ਹੁੰਦੇ ਨੇ ਇਸ ਚੀਜ਼ਾਂ ਬੰਦ ਹੋਣਾ ਪੈਸੀ ਔਰ ਕੋਈ ਅਫਸਰ ਅਗਰ ਆਪਣੀ ਖਰਮਸਤੀ ਬੰਦ ਨਹੀਂ ਕਰਦਾ ਤੇ ਮੇਰਾ ਮਸ਼ਵਰਾ ਉਸੀ ਕਿ ਆਪਣਾ ਬਿਸਤਰ ਬੋਰੀ ਆਪ ਬਣੇ ਔਰ ਇਹਦੋ ਦਫਾ ਹੋ ਜਾਏ ਅਸੀਂ ਆਪ ਗਲਤ ਨਾਮ ਕਦੇ ਕਰਦੇ ਵੀ ਨਾ ਔਰ ਅਸੀਂ ਉਮੀਦ ਰੱਖਦੇ ਹਾਂ ਕਿ ਤਮਾਮ ਸਰਕਾਰੀ ਮੁਲਾਜ਼ਮ ਸਾਰੇ ਮਹਿਕਮੇ ਨੇ ਸਾਰੇ ਨੇ ਪੁਲਿਸ ਵੀ ਏ ਡੀਸੀ ਦਾ ਦਫ਼ਤਰ ਵੀ ਏ ਮਹਿਕਮਾ ਮਾਲ ਵੀ ਏ ਇਹ ਵੀ ਲੋਕਾਂ ਨਾਲ ਇਨਸਾਫ ਕਰੋ ਔਰ ਇਸ ਹਕੂਮਤ ਵਿੱਚ ਇਨਸ਼ਾਅੱਲਾ ਅਸੀਂ ਇਸ ਚੀਜ਼ਾਂ ਯਕੀਨੀ ਬਣਾਸਾਂ ਕਿ ਜੋ ਪਹਿਲੇ ਹੁੰਦਾ ਆ ਪਹਿਲੇ ਹੁੰਦਾ ਆ ਕਿ ਸਰਕਾਰੀ ਮੁਲਾਜ਼ਮ ਮੁਖਤਲਿਫ ਮਹਿਕਮਿਆਂ ਦੇ ਲੋਕਾਂ ਨਾਲ ਜ਼ਿਆਦੀ ਕਰਦੇ ਔਰ ਲੋਕ ਡਰੇ ਨਾਲ ਕੁਛ ਵੀ ਨਹੀਂ ਕਰਦੇ ਇਹ ਸ਼ਾਇਦ ਸਾਰੀ ਨਹੀਂ ਆਉਣ ਲੱਗੀ ਅਸੀਂ ਆਪਣੇ ਲੋਕਾਂ ਨਾਲ ਖਲਸਾਂ ਕੋਈ ਅਫਸਰ ਮਫਸਰਾਂ ਅਸਾਂ ਦੇਖ ਕੇ ਸਾਰੇ ਅਫਸਰ ਟੋਟਲ ਬਨਾਵਟੀ ਕੰਮ